मैं पत्रकार परमदीप सिंह धमान ते तुसी अज मैनू लाइव देख रहे हो बड़े दिनों बाद मेरी पर्सनल आईडी दे उत्ते, जदके मैं हुंदा नहीं अपनी पर्सनल आईडी दे उत्ते लाइव। कुछ कारण ने, चैनल करके भी ला लो, भी चैनल दे उत्ते असी देखदे हुंने आ, चैनल दे विच असी बहुत चीजां हुंने आ। असी अज कमल कौर जिहड़ी कि बड़े विवादां दे विच आ, उन्हां दा इक खुलासा करन जा रहे हां। मेरे नाल मेरे मित्र ने जेड़े कि तुहानू बहुत चीजां दसणगे, मैं उन्हां नूं ज्वाइन कराना विच पहला। लो जी, तो आजो वदन दो थोड़ा जा, आपां चीजां बड़ियां अज देखणियां ने। एवी सी आ गए, एवी सी सत श्री अकाल मेरे की हाल ने? बहुत वधिया, ठीक ठाक हो? बस वधिया बई, तुसीं दसो किवें? ठीक ठाक। आ माड़ा जा कैमरा आपां नीचे नूं कर ला, मैं मेरी पग कट दी लग रही है मैनूं माड़ा जा। एक मिंट, फिल्टर जा कैसा लग गया? तुसीं तां फिल्टर जा बड़े खतरनाक लाण लग गए, अखां कटण लग गए मैनूं। ठीक है, ओके ओके। लो जी एवी जी, माड़ा जा लाइट लूइट लै लो यार, तुसीं लाइट हैरी तुहाडे कोल, शक्ल आजूगी सामने। हाँ देखो वीरे, ठीक है हुण? हाँ थोड़ी जी ठीक है, थोड़ा जा होर लाइट हो सकती है तो बेटर है, नहीं तो चल जू काम, कोई दिक्कत वाली गल नहीं है। हुण देखो वीर। बस ठीक है ठीक है। दोस्तों भाई साहब एविस गरेवाल ने जी, ते आज बड़े खुलासे होने हैं। बहुत दिनों तो कमल कौर दा यूट्यूब दे उत्ते, फेसबुक दे उत्ते कह सकते हैं कॉन्ट्रोवर्सियां चल रही ने, उदे खुलासे होने हैं। अच्छा ਭਾਈ ਸਾਹਿਬ ਤੁਸੀਂ ਉਹਨਾਂ ਦੇ ਕੀ ਲੱਗਦੇ ਹੋ? ਮੈਂ ਹੁਣ ਤਾਂ ਵੀਰੇ ਉਹਦਾ ਐਕਸ ਹੀ ਲੱਗਦਾ। ਐਕਸ ਬੁਆਏਫ੍ਰੈਂਡ? ਐਕਸ ਬੁਆਏਫ੍ਰੈਂਡ। ਤੇ ਤੁਹਾਨੂੰ ਮੇਰੇ ਖਿਆਲ ਨਾਲ ਕਜ਼ਨ ਬਣਾਇਆ ਹੋਇਆ ਸੀ ਉਹਨਾਂ ਨੇ ਲੋਕਾਂ ਸਾਹਮਣੇ। ਹਾਂ ਕਜ਼ਨ ਬਣਾਇਆ ਹੋਇਆ ਸੀਗਾ, ਮੇਰਾ ਮੂੰਹ ਬੋਲਿਆ ਵੀਰਾ। ਇਹ ਕਿਉਂ, ਕੀ ਲੋੜ ਪੈ ਗਈ? ਜੇ ਬੁਆਏਫ੍ਰੈਂਡ ਸੀ ਤਾਂ ਬੁਆਏਫ੍ਰੈਂਡ ਕਹਿ ਸਕਦੇ ਸੀ, ਕਜ਼ਨ ਕਿਉਂ, ਕੀ ਲੋੜ ਪੈ ਗਈ ਕਜ਼ਨ ਬਣਾਉਣ ਦੀ? ਕਿਉਂਕਿ ਵੀਰੇ ਉਹਨਾਂ ਦਾ ਨਾ ਸ਼ੁਰੂ ਤੋਂ ਹੀ ਰਿਹਾ ਲੋਕਾਂ ਸਾਹਮਣੇ ਡਰਾਮੇਬਾਜ਼ੀ ਕਰਕੇ, ਸਭ ਕੁਝ ਫੇਕ ਸ਼ੋ ਕਰਕੇ, ਪਬਲਿਸਿਟੀ ਸਟੰਟ ਖੇਡਣ ਦਾ। ਜੇ ਮੇਰੇ ਬਾਰੇ ਸੱਚ ਦੱਸਣਗੇ ਤਾਂ ਜਿਹੜੇ ਦੂਜੇ ਲੋਕੀ ਆ ਉਹਨਾਂ ਦੇ ਜਾਲ ਚ ਕਿਵੇਂ ਫਸਣਗੇ? ਨਹੀਂ ਪਰ ਇੱਕ ਚੀਜ਼ ਇਹ ਆ ਨਾ ਵੀ ਜੇ ਆਪਾਂ ਭਰਾ ਬਣਾਉਂਦੇ ਹੁੰਦੇ ਆ ਤਾਂ ਆਪਾਂ ਭਰਾ ਦਾ ਰਿਸ਼ਤਾ ਰੱਖੀਏ ਨਾ, ਇਹ ਭਰਾ ਕਹਿਣਾ ਬਹੁਤ ਵੱਡੀ ਗੱਲ ਹੈ। ਜੇ ਆਪਾਂ ਭੈਣ ਵੀ ਕਹਿੰਦੇ ਆ ਤਾਂ ਭੈਣ ਕਹਿਣਾ ਵੀ ਬਹੁਤ ਵੱਡੀ ਗੱਲ ਹੈ, ਚਾਹੇ ਰੱਖੜੀ ਬੰਨੀਏ ਚਾਹੇ ਨਾ ਬੰਨੀਏ, ਪਰ ਆਪਾਂ ਕਜ਼ਨ ਬਣ ਕੇ ਯਾਰੀ ਕਰ ਰਹੇ ਆ। ਇੱਕ ਗਾਲ ਵੀ ਆਉਂਦੀ ਆ ਬੜੀਆਂ, ਬੜੇ ਕੱਢਦੇ ਨੇ, ਸਮਝ ਗਏ ਮੇਰੀ ਗੱਲ? ਮੈਂ ਵੀਰੇ ਪਤਾ ਕੀ, ਇਹ ਨੀ ਮੈਨੂੰ ਉਹਨਾਂ ਦਾ ਕਦੇ ਵੀ ਸਮਝ ਆਇਆ, ਜਦੋਂ ਮਤਲਬ ਜਦੋਂ ਵੀ ਆਪਣੀ ਟੀਮ ਨਾਲ ਮਿਲਾਉਂਦੇ ਆ ਜਾਂ ਕਿਤੇ ਵੀ ਆ, ਠੀਕ ਆ, ਉਹਦਾ ਇਹੀ ਜਵਾਬ ਹੁੰਦਾ ਕਿ ਇਹ ਮੇਰਾ ਵੀਰਾ। ਮੋਸਟ ਆਫ ਦਾ ਟਾਈਮ ਮਤਲਬ ਜਿੱਥੇ ਇਹਦਾ ਜ਼ੋਰ ਚੱਲਦਾ ਉੱਥੇ ਵੀਰੇ ਹੀ ਬਣਾਉਂਦੀ ਆ। ਤੇ ਫਿਰ ਜਿਨ੍ਹਾਂ ਨੂੰ, ਜਿਨ੍ਹਾਂ ਨਾਲ ਇਹ ਕੰਮ ਕਰਦੇ ਆ ਜਾਂ ਕਰਦੇ ਨੇ ਜਾਂ ਕਰਦੇ ਸੀ, ਉਹਨਾਂ ਨੂੰ ਵੀ ਵੀਰਾ ਹੀ ਕਹਿੰਦੇ ਸੀਗੇ? ਹਾਂ ਵੀਰੇ ਉਹਨਾਂ ਨੂੰ ਵੀ ਮੋਸਟ ਆਫ ਦਾ ਟਾਈਮ ਵੀਰਾ ਹੀ ਕਹਿੰਦੀ ਆ। ਤੇ ਫਿਰ ਵੀਰਾ ਤਾਂ ਫਿਰ ਸਮਝਦਾਰ ਹੋ ਤੁਸੀਂ, ਜੇ ਤੁਹਾਨੂੰ ਵੀਰਾ ਕਹਿ ਸਕਦੇ ਆ ਤਾਂ ਹੋਰਾਂ ਨੂੰ ਵੀ ਵੀਰਾ ਕਹਿੰਦੇ ਨੇ, ਮਤਲਬ ਕਿ ਉਹ ਵੀ ਬੁਆਏਫ੍ਰੈਂਡ ਨੇ ਇਹਨਾਂ ਦੇ, ਕਹਿ ਸਕਦੇ ਹੋ ਇੱਦਾਂ। ਅੱਛਾ ਮੈਨੂੰ ਇੱਕ ਗੱਲ ਹੋਰ ਦੱਸੋ, ਇਹ ਕਮਲ ਕੌਰ ਅਸਲ ਚ ਕੌਣ ਹੈ? ਪਹਿਲੀ ਗੱਲ ਤਾਂ ਵੀਰੇ ਕਮਲ ਕੌਰ ਇਹਦਾ ਨਾਮ ਹੈ ਹੀ ਨਹੀਂ। ਅੱਛਾ ਨਾਮ ਹੀ ਨਹੀਂ ਹੈਗਾ ਇਹਦਾ, ਜੋ ਨਾਮ ਆ ਕੁਝ ਹੋਰ ਹੀ। ਨਾਮ ਕੀ ਹੈ ਦੱਸੋ ਤੁਸੀਂ, ਆਪਾਂ ਨਾਮ ਤੋਂ ਖੁਲਾਸਾ ਸ਼ੁਰੂ ਕਰਦੇ ਆ ਛੋਟੀ ਛੋਟੀ ਗੱਲ ਤੋਂ। ਚਲੋ ਮੈਂ ਨਾਮ ਤੋਂ ਦੱਸ ਦੇਣਾ, ਪਹਿਲੀ ਗੱਲ ਇਹ ਕੌਰ ਹੈ ਹੀ ਨਹੀਂ ਗੀ, ਇਹਦਾ ਨਾਮ ਕੰਚਨ 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 ਤਿਵਾੜੀ ਕੰਚਨ ਤਿਵਾੜੀ। ਅੱਛਾ ਤੇ ਦੂਜੀ ਗੱਲ ਇਹ ਜੋ ਡਾਇਰੈਕਟਰਾਂ ਦੇ ਬਾਰੇ, ਤੁਹਾਡਾ ਇੰਟਰਨੈਟ ਥੋੜਾ ਜਿਹਾ ਇਸ਼ੂ ਦੇ ਰਿਹਾ ਵੀਰ ਜੀ, ਤੁਸੀਂ ਇੰਟਰਨੈਟ ਇਸ਼ੂ ਦੇ ਰਿਹਾ ਤੁਹਾਡਾ, ਥੋੜਾ ਜਿਹਾ ਨਾ ਘੁੰਮ ਕੇ ਦੇਖ ਲਓ। ਰੁਕੋ ਵੀਰੇ ਰੁਕੋ, ਹੁਣ ਨਹੀਂ ਇਸ਼ੂ ਦਊਗਾ, ਇੱਕ ਮਿੰਟ ਰੁਕੋ, ਮੈਂ ਨਾ ਨੀਚੇ ਜਾਂਦਾ। ਇੱਕ ਮਿੰਟ ਦੋ ਬਸ।
ਹਾਂਜੀ ਵੀਰੇ ਹੁਣ ਬੋਲੋ, ਹੁਣ ਲਾਈਟ ਵੀ ਪ੍ਰੋਪਰ ਆ। ਹਾਂ ਹਾਂ ਆ ਠੀਕ ਸੀ ਗੱਲ। ਮੈਂ ਨਾ ਪਹਿਲਾਂ ਤੁਹਾਨੂੰ ਦੱਸਿਆ ਤਾਂ ਸੀਗਾ ਮੈਂ ਕਾਹਦੇ ਲਈ ਉੱਤੇ ਬੈਠਾ ਸੀਗਾ। ਆਹੋ ਆਹੋ ਮੈਨੂੰ ਪਤਾ, ਪਰ ਆਪਾਂ ਦਰਸ਼ਕਾਂ ਨੂੰ ਸੱਚਾਈ ਅਸਲ ਕੀ ਆ ਉਹ ਦੱਸਣਾ ਬਹੁਤ ਜ਼ਰੂਰੀ ਆ। ਕੰਚਨ ਤਿਵਾਰੀ ਉਹਦਾ ਨਾਮ ਆ ਜੀ, ਜੋ ਉਹ ਡਾਇਰੈਕਟਰਾਂ ਬਾਰੇ ਬੋਲਦੇ ਆ ਵੀ ਮੇਰੀ ਚੁੰਨੀ ਭੰਦੇ ਆ ਡਾਇਰੈਕਟਰ, ਮੈਨੂੰ ਪੈਸੇ ਜੇ ਉਹ ਦਿੰਦੇ ਆ ਤਾਂ ਆਪਣੀ ਮਰਜ਼ੀ ਨਾਲ ਕੰਮ ਕਰਾਉਂਦੇ ਆ, ਸਭ ਕੁਝ ਫੇਕ ਆ ਜੀ। ਸਭ ਫੇਕ ਆ, ਮਤਲਬ ਕਿ ਸਿਰਫ ਝੂਠ ਬੋਲਿਆ ਜਾਂਦਾ ਵੀ ਡਾਇਰੈਕਟਰਾਂ ਦੇ ਨਾਂ ਦੇ ਉੱਤੇ। ਹਾਂ ਸਭ ਝੂਠ ਆ ਜੀ, ਕਿਉਂਕਿ ਮੈਂ ਜੇ ਨਾ ਡਾਇਰੈਕਟਰਾਂ ਬਾਰੇ ਉਹ ਗੱਲ ਕਰਦੇ ਆ ਮੈਂ ਉਹ ਸ਼ੂਟ ਤੇ ਜਾਂਦਾ ਰਿਹਾ। ਅੱਛਾ ਤੁਸੀਂ ਸ਼ੂਟ ਤੇ ਵੀ ਜਾਂਦੇ ਰਹੇ ਹੋ? ਮੈਂ ਸ਼ੂਟ ਤੇ ਵੀ ਜਾਂਦਾ ਰਿਹਾ ਵਾ, ਸਭ ਕੁਝ ਫੇਕ ਆ। ਬਾਕੀ ਆਪਾਂ ਵੀਰੇ ਜਦੋਂ ਮੇਨਲੀ ਤੁਸੀਂ ਇੰਟਰਵਿਊ ਕਰੋਗੇ, ਹਾਂ ਮੇਨ ਇੰਟਰਵਿਊ ਕਰਨੀ ਆ ਆਪਾਂ, ਹਾਂ ਆਪਾਂ ਉਹਦੇ ਚ ਖੁਲਾਸੇ ਕਰਾਂਗੇ ਸਾਰੇ। ਬਿਲਕੁਲ ਬਿਲਕੁਲ, ਮੈਂ ਜਰੂਰ ਚਾਹਨਾ ਵੀ ਤੁਸੀਂ ਸਾਰੀਆਂ ਚੀਜ਼ਾਂ ਦਰਸ਼ਕਾਂ ਦੇ ਪੰਜਾਬ ਦੇ ਅੱਗੇ ਪੰਜਾਬੀ ਲੋਕਾਂ ਦੇ ਅੱਗੇ ਖੁਲਾਸੇ ਕਰੋ ਵੀ ਕੌਣ ਹੈ, ਕਿਵੇਂ ਹੈ, ਕਿਉਂ ਇਹ ਝੂਠ ਬੋਲ ਬੋਲ ਕੇ ਐਡੇ ਵੱਡੇ ਆਪਣੇ ਆਪ ਨੂੰ ਕੰਟਰੋਵਰਸੀ ਕਿੰਗ ਬਣਾਈ ਜਾਂਦੇ ਨੇ। ਇਹ ਕੰਟਰੋਵਰਸੀ ਜੋ ਇਹਨਾਂ ਨੇ ਹੁਣ ਖੇਡੀ ਆ ਨਾ, ਮੈਂ ਉਹਨਾਂ ਦੇ ਇੱਕ ਸਾਫ਼ ਤੇ ਸਿੰਪਲ ਥੋੜੇ ਜਿਹੇ ਲਫ਼ਜ਼ਾਂ ਦੇ ਵਿੱਚ ਮੈਂ ਦੱਸ ਦਿੰਨਾ, ਬਾਕੀ ਚਲੋ ਆਪਾਂ ਇੰਟਰਵਿਊ ਤੇ ਕਰਾਂਗੇ। ਇਹ ਜੋ ਇਹਨਾਂ ਨੇ ਸਿੰਪਥੀ ਕਾਰਡ ਪਲੇ ਕੀਤਾ ਵਾ ਸਿਰਫ ਪੈਸੇ ਇਕੱਠੇ ਕਰਨ ਨੂੰ ਕੀਤਾ ਕਿਤੇ ਨਾ ਕਿਤੇ। ਮੈਂ ਵੀ 4 ਦਿਨ ਚਲੋ ਇਹਨਾਂ ਦੇ ਨਾਲ ਸੀਗਾ, ਬਟ ਮੇਰੀ ਜ਼ਮੀਰ ਨੇ ਮੈਨੂੰ ਮੋੜਤਾ। ਕੀ ਹੋਇਆ ਸੀ ਉਹ 4 ਦਿਨਾਂ ਦੇ ਵਿੱਚ, ਜਰਾ ਮੈਨੂੰ ਦੱਸੋ ਤੁਸੀਂ ਜਦ ਤੁਸੀਂ ਸ਼ੂਟ ਤੇ ਸੀ। ਉਹ 4 ਦਿਨਾਂ ਦੇ ਵਿੱਚ ਜੋ ਵੀ ਇਹ ਰੋਣ ਵਾਲੀਆਂ ਵੀਡੀਓ ਪਾ ਰਹੇ ਸੀਗੇ, ਜੋ ਵੀ ਸ਼ੋ ਰਹੇ ਸੀਗੇ, ਸਭ ਕੁਝ ਫੇਕ ਸੀਗਾ ਜੀ ਉਹ। ਅੱਛਾ ਕੋਈ ਇਹਨਾਂ ਨੂੰ ਦਿਲੋ ਉਹ ਨਹੀਂ ਸੀਗਾ, ਬਸ ਇਹਨਾਂ ਨੂੰ ਇਹ ਟੈਨਸ਼ਨ ਸੀਗੀ ਵੀ ਮੇਰੀ ਕਿਤੇ ਆਈਡੀ ਨਾ ਬੰਦ ਹੋ ਜਾਵੇ ਇੰਸਟਾਗ੍ਰਾਮ ਦੀ। ਅੱਛਾ ਉਹ ਜਿਹੜੀਆਂ ਗਲਤ ਚੀਜ਼ਾਂ ਸੀ ਉਹਨਾਂ ਕਰਕੇ। ਹਾਂ ਕਿਉਂਕਿ ਇਹਨਾਂ ਨੇ ਹੁਣ ਜਿਹਨੇ ਡਾਇਰੈਕਟਰਾਂ ਬਾਰੇ ਝੂਠ ਹੀ ਬੋਲਿਆ ਵਾ ਵੀ ਮੇਰੀਆਂ ਚੁੰਨੀਆਂ ਲਵਾਉਂਦੇ ਆ ਜਾਂ ਉਹ, ਅਗਲੇ ਚੁੱਪ ਥੋੜੀ ਨਾ ਬੈਠਣਗੇ। ਬਿਲਕੁਲ ਰਾਈਟ ਹੈ, ਠੀਕ ਆ, ਤੁਸੀਂ ਕਿਸੇ ਡਾਇਰੈਕਟਰ ਬਾਰੇ ਗਲਤ ਨਹੀਂ ਕਹਿ ਸਕਦੇ। ਇੱਕ ਤਾਂ ਅਗਲੇ ਤੁਹਾਨੂੰ ਪੇ ਕਰਦੇ ਆ, ਠੀਕ ਆ, ਤੁਹਾਡੇ ਕੋਲ ਐਕਟ ਕਰਾਉਂਦੇ ਆ, ਤੁਹਾਨੂੰ ਕਿਤੇ ਨਾ ਕਿਤੇ ਉਹ ਡਾਇਰੈਕਟਰਾਂ ਕਰਕੇ ਤੁਸੀਂ ਨਾਮ ਵੀ ਕਮਾਇਆ ਵਾ। ਹਾਂ ਠੀਕ ਹੈ ਠੀਕ ਆ, ਜੇ ਆਪਾਂ ਉਹਨਾਂ ਬਾਰੇ ਗਲਤ ਜੋ ਝੂਠ ਇੱਕ ਨੰਬਰ ਦਾ ਜੇ ਬੋਲੂਗੇ, ਠੀਕ ਆ, ਅਗਲਿਆਂ ਨੂੰ ਵੀ ਤਾਂ ਗੁੱਸਾ ਪਈ ਤੇ ਇਹਨਾਂ ਨੂੰ ਇਹ ਟੈਨਸ਼ਨ ਹੋ ਗਈ, ਹਾਲਾਂਕਿ ਉਹਨਾਂ ਨੇ ਕੁਛ ਕੀਤਾ ਵੀ ਨਹੀਂ। ਇਹਨਾਂ ਨੂੰ ਇਹ ਟੈਨਸ਼ਨ ਹੋ ਗਈ ਵੀ ਮੇਰੇ ਅਕਾਊਂਟ ਤੇ ਰਿਪੋਰਟਾਂ ਵੱਜ ਰਹੀਆਂ ਨੇ ਤੇ ਮੇਰਾ ਅਕਾਊਂਟ ਬੰਦ ਹੋ ਜਾਣਾ। ਅੱਛਾ ਬਸ ਇਹ ਡਰ ਕਰਕੇ ਇਹਨਾਂ ਨੇ ਕੰਟਰੋਵਰਸੀ ਖੇਡੀ ਆ ਵੀ ਮੇਰਾ ਫਾਦਰ ਕੋਰੋਨਾ ਕਰਕੇ ਮਰ ਗਿਆ, ਮੇਰੀ ਮਾਂ ਉੱਥੇ ਮੰਜੇ ਤੇ ਪਈ ਆ, ਹਨਾ ਵੀ ਮੈਂ ਇਹ ਗਰੀਬ ਘਰੋਂ ਆ ਤੇ ਮੈਨੂੰ ਚੁੰਨੀ ਥੱਲੇ ਕਰਕੇ ਸ਼ੂਟ ਕਰਨਾ ਪੈਂਦਾ। ਇਹ ਸਿਰਫ ਜਾਣ ਬੁੱਝ ਕੇ ਇੱਕ ਸਟੰਟ ਖੇਡਿਆ ਗਿਆ ਕੰਟਰੋਵਰਸੀ। ਇਹ ਜਾਣ ਬੁੱਝ ਕੇ ਸਟੰਟ ਖੇਡਿਆ ਪਿਆ, ਜਿਹੜਾ ਇਹਨਾਂ ਦਾ ਪਹਿਲਾਂ ਵੀ ਇੰਟਰਵਿਊ ਹੋਇਆ ਸੀਗਾ ਘੈਂਟ ਪੰਜਾਬੀ ਤੋਂ, ਸਭ ਕੁਝ ਇਹਨਾਂ ਨੇ ਫੇਕ ਦੱਸਿਆ। ਜੀ ਜੀ ਮੈਨੂੰ ਪਤਾ, ਮਣੀ ਪ੍ਰਵੇਸ਼ ਨਹੀਂ ਕਰਿਆ ਸੀਗਾ ਉਹ। ਹਾਂਜੀ ਉਹ ਸਭ ਕੁਝ ਝੂਠ ਆ। ਬਾਕੀ ਜੋ ਇਹਨਾਂ ਦਾ ਲੋਕਾਂ ਨੂੰ ਠੱਗਣਾ ਜਾਂ ਕੰਟਰੋਵਰਸੀ ਕਰਕੇ, ਇੱਕ ਜਿਹੜਾ ਹੁਣ ਨਵਾਂ ਨਵਾਂ ਇਹਨਾਂ ਕੋਲ iPhone 13 ਆ, ਉਹ ਵੀ ਦੱਸੂਗਾ ਕਿਵੇਂ ਮਿੰਤਾ ਤਰਲੇ ਕਰਕੇ ਜਿਹੜੇ ਬੰਦੇ ਤੋਂ ਲਿਆ, ਉਹ ਬੰਦੇ ਨਾਲ ਵੀ ਆਪਾਂ ਵਾਕਫੀਅਤ ਆ ਜੀ ਆਪਣੀ ਪੂਰੀ। ਜਰੂਰ ਜਰੂਰ ਮੈਨੂੰ ਦੱਸਿਓ ਤੁਸੀਂ ਮੈਨੂੰ। ਅੱਛਾ ਇੱਕ ਜਿਹੜਾ ਜਿਹੜੇ ਬੰਦੇ ਦੀ ਗੱਲ ਦੱਸ ਰਹੇ ਹੋ ਤੁਸੀਂ ਥੋੜੀ ਜਿਹੀ ਐਕਸਪਲੇਨ ਕਰੋ ਆਪਾਂ, ਨਹੀਂ ਤਾਂ ਪੂਰੀ ਇੰਟਰਵਿਊ ਦੇ ਵਿੱਚ ਖੁਲਾਸਾ ਕਰਾਂਗੇ, ਥੋੜਾ ਜਿਹਾ ਹੋਰ ਦੱਸੋ ਮੈਨੂੰ। ਬਸ ਕੁਝ ਨਹੀਂ ਜੀ, ਮੇਰੇ ਨਾਲ ਜਿਵੇਂ ਥੋੜੀ ਜੀ ਕਹੀ ਸੁਣੀ ਹੋ ਗਈ, ਮੇਰੇ ਨਾਲ ਲੜ ਪਈ ਤੇ ਮੈਂ ਨਾ ਉਹ ਲੜਾਈ ਜਿਹਦੇ ਵਿੱਚ, ਚਲੋ ਮੈਂ ਇਹਦੇ ਨਾਲ ਗੱਲ ਨਹੀਂ ਕਰ ਰਿਹਾ ਸੀ, ਮੈਂ iPhone ਲਿਆਇਆ ਆਪਣਾ 13, ਉਹ ਖਿਜ ਖਿਜ ਦੇ ਵਿੱਚ ਕੋਈ ਹੈ ਬੰਦਾ ਜਿਹਦੇ ਕੋਲ ਇਹ ਗਈ ਵੀ ਮੈਨੂੰ iPhone 13 ਚਾਹੀਦਾ, ਪ੍ਰੋ ਚਾਹੀਦਾ, ਹੋਣੀ ਚਾਹੀਦਾ, ਉਹ ਤੋਂ ਮਿੰਤਾ ਤਰਲੇ ਕਰਕੇ iPhone ਲਿਆ ਇਹਨੇ। ਅੱਛਾ ਲਿਆ ਕੀ ਮਤਲਬ ਠੱਗਿਆ? ਅੱਛਾ ਠੱਗਿਆ, iPhone ਵੀ ਠੱਗਿਆ ਇਹਨੇ, ਆਈਫੋਨ ਠੱਗਿਆ, ਉਹਦੇ ਹੈੱਡਫੋਨ ਠੱਗੇ, ਜਿਹੜੇ ਆਈਫੋਨ ਪ੍ਰੋ ਵਾਲੇ ਜਿਹੜੇ ਉਹ ਹੈੱਡਫੋਨ ਹੁੰਦੇ ਆ ਉਹ ਠੱਗੇ, ਈਅਰਪੋਡਸ। ਅੱਛਾ ਹੁਣ ਤੁਸੀਂ ਆਈਫੋਨ ਏਅਰਪੋਡ ਤੁਸੀਂ ਆਈਫੋਨ ਦੀ ਕੀਮਤ ਤਾਂ ਜਾਣਦੇ ਹੀ ਹੋ। ਹਾਂ ਮੈਨੂੰ ਪਤਾ 13 ਦੀ 1 ਲੱਖ ਤੋਂ ਉੱਤੇ ਦੀ ਆ। ਹਾਂ ਉਹ ਵੀ ਇਹਨਾਂ ਨੇ ਠੱਗਿਆ। ਬਾਕੀ ਮੈਂ ਗੱਡੀ ਬਾਰੇ ਦੱਸੂਗਾ, ਸਾਰਾ ਕੁਝ ਦੱਸੂਗਾ ਵੀ ਕੀ ਕੀ ਇਹਨਾਂ ਨੇ ਹੁਣ ਤੱਕ ਕੀ ਕੀ ਇਹਨਾਂ ਦੀ ਪਲੈਨਿੰਗ ਚੱਲੀ ਆ, ਕਿੱਦਾਂ ਚੱਲੀ ਆ, ਕਿਹਦੇ ਕਰਕੇ ਚੱਲੀ ਆ। ਅੱਛਾ ਇੱਕ ਇੱਕ ਬੜਾ ਵਿਵਾਦ ਚੱਲਦਾ,
ਮੈਨੂੰ ਇਹ ਦੱਸੋ, ਜਿਹੜਾ ਇੰਦਰ ਇੰਦਰ ਹੈ ਜੱਟ ਬੀਟ ਰਿਕਾਰਡ ਵਾਲਾ, ਉਹਨਾਂ ਦਾ ਕੀ, ਉਹਨਾਂ ਨੂੰ ਵੀ ਇਹਨੇ ਭਰਾ ਬਣਾਇਆ ਹੋਇਆ ਸੀਗਾ, ਉਹਨਾਂ ਨਾਲ ਵੀ ਆਸ਼ਕੀ ਸੀ ਇਹਨਾਂ ਦੀ? ਵੀਰੇ ਉਹਨਾਂ ਨਾਲ ਆਸ਼ਕੀ ਤਾਂ ਕੋਈ ਨਹੀਂ ਸੀਗੀ, ਕਿਉਂਕਿ ਮੈਂ ਉੱਥੇ ਸ਼ੂਟ ਤੇ ਹੁੰਦਾ ਰਿਹਾ। ਉਹ ਅਸਲ ਮੇਂ ਹਰੇਕ ਕੁੜੀ ਨੂੰ ਮਤਲਬ ਉੱਥੇ ਭੈਣ ਹੀ ਕਹਿੰਦਾ ਸੀ ਮੇਰੇ ਸਾਹਮਣੇ। ਮੈਂ ਸ਼ੂਟ ਤੇ ਵੀਰੇ ਬਕਾਇਦਾ ਉੱਥੇ ਮੌਜੂਦ ਹੁੰਦਾ ਮੈਂ ਸੀ। ਤਾਂ ਇਹ ਗੱਲ ਕੀਤੀ ਹੈ ਮੇਰੇ ਵੀਰ ਅਵਿਸ਼, ਮੈਂ ਤਾਂ ਇਹ ਗੱਲ ਕੀਤੀ ਹੈ ਕਿਉਂਕਿ ਤੁਸੀਂ ਮੈਨੂੰ ਇੱਕ ਗੱਲ ਪਹਿਲਾਂ ਕਹੀ ਆ ਵੀ ਕਜ਼ਨ ਬਣਾ ਲੈਂਦੇ ਸੀ, ਭਰਾ ਬਣਾ ਲੈਂਦੇ ਸੀ, ਇਹ ਹਨਾ? ਮੇਰੇ ਬਾਰੇ ਸੱਚਾਈ ਨਹੀਂ ਦੱਸਦੇ ਸੀਗੇ, ਕਿਉਂਕਿ ਜੇ ਮੇਰੇ ਬਾਰੇ ਸੱਚਾਈ ਦੱਸਣਗੇ ਦੂਜਾ ਬੰਦਾ ਫਿਰ ਇਹਨਾਂ ਦੇ ਚੰਗਲ ਚ ਫਸੂਗਾ ਨਹੀਂ ਨਾ। ਅੱਛਾ 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 ਤੇ ਸਹੀ ਹੈ ਸਹੀ ਹੈ। ਰਹੀ ਗੱਲ ਉਹਨਾਂ ਦੇ ਸ਼ੂਟ ਦੀ, ਉੱਥੇ ਵੀਰੇ ਮੈਂ ਜਾਣਾ ਰਿਹਾ, ਉੱਥੇ ਉਹ ਭੈਣ ਹੀ ਕਹਿੰਦਾ ਵੀਰੇ ਹਰੇਕ ਨੂੰ, ਠੀਕ ਹੈ, ਜਿਹੜਾ ਉਹਨਾਂ ਨੂੰ ਕਹਿੰਦਾ ਇੰਦਰ ਜੀ ਠੀਕ ਹੈ, ਚੁੰਨੀਆਂ ਲਵਾਉਂਦੇ, ਇਹ ਕਰਦੇ, ਉਹ ਕਰਦੇ, ਸਭ ਕੁਝ ਝੂਠ ਆ, ਸਭ ਕੁਝ ਫੇਕ ਬੋਲਦੀ ਹੈ, ਕੋਈ ਚੁੰਨੀ ਨਹੀਂ ਲਵਾਉਂਦਾ, ਕੋਈ ਕੁਛ ਨਹੀਂ ਕਰਦਾ। ਮੈਂ ਉੱਥੇ ਓਕੇ। ਮੌਜੂਦ ਹੁੰਦਾ ਸੀ। ਨਹੀਂ ਫਿਰ ਇਹ ਗੱਲ ਕਿਉਂ ਕਹਿੰਦੀ ਹੈ ਵੀ ਡਾਇਰੈਕਟਰ ਮੈਨੂੰ ਇਹ ਕਹਿੰਦਾ ਵੀ ਮੈਂ ਚੀਰ ਦਿਖਾਵਾਂ ਜਾਂ ਮੈਂ ਚੁੰਨੀ ਜਿਹੜੀ ਹੈ ਥੱਲੇ ਕਰਾਂ, ਇਹ ਸਿਰਫ ਇਹਦਾ ਆਪਣਾ ਸਟੰਟ ਸੀਗਾ ਕੰਟਰੋਵਰਸੀ। ਚਲੋ ਚਲੋ ਆਪਾਂ ਕਿਸੇ ਹੱਦ ਤੱਕ ਨਾ ਮੰਨ ਲੈਂਦੇ ਹਾਂ ਵੀ ਚਲੋ ਇਹਨੂੰ ਡਾਇਰੈਕਟਰਾਂ ਨੇ ਕਿਹਾ, ਠੀਕ ਆ, ਹਾਂ ਠੀਕ ਹੈ, ਬਾਅਦ ਦੇ ਵਿੱਚ ਸੱਤੇ ਦੇ ਨਾਲ ਇਹ ਸੱਤੇ ਵਾਲੇ ਦੇਸੀ ਸਟਾਰ ਤੇ ਇਹ ਮੂਵੀ ਕਰਦੇ ਆ, ਉਹਦੇ ਵਿੱਚ ਗਾਰਮੈਂਟ ਐ ਹਵਾ ਚ ਉਡਾਏ ਜਾਂਦੇ ਆ। ਇਹ ਮੈਂ ਜਸਟ ਤੁਹਾਨੂੰ ਓਦਾਂ ਹੀ ਨੋਰਮਲ ਦੱਸ ਰਿਹਾ, ਬਾਕੀ ਆਪਾਂ ਖੁਲਾਸੇ ਇੰਟਰਵਿਊ ਚ ਕਰ ਦਾਂਗੇ। ਠੀਕ ਹੈ, ਅੰਡਰ ਗਾਰਮੈਂਟ ਇਹ ਹਵਾ ਚ ਉਡਾ ਰਿਹਾ। ਉਹ ਵੀਡੀਓ ਦੇ ਵਿੱਚ, ਉਹ ਮੂਵੀਜ਼ ਦੇ ਵਿੱਚ ਪ੍ਰੋਡਿਊਸਰ ਕਮਲ ਕੌਰ ਆ। ਅੱਛਾ, ਪੈਸੇ ਵੀ ਇਹ ਲਾ ਰਹੀ ਹੈ, ਪੈਸੇ ਵੀ ਇਹ ਲਾ ਰਹੀ ਹੈ, ਤੇ ਫਿਰ ਡਾਇਰੈਕਟਰ ਕਿਵੇਂ ਕਰਾ ਸਕਦਾ? ਮਤਲਬ ਪੈਸੇ ਇਹ ਲਾ ਰਹੀ ਹੈ ਫਿਲਮ ਚਲਾਉਣ ਦੇ ਉੱਤੇ, ਤੇ ਡਾਇਰੈਕਟਰ ਵੀ ਇਹ ਸੀ ਕਿ ਉਹਦੇ ਵਿੱਚ ਡਾਇਰੈਕਟਰ ਵੀ ਇਹੀ ਸੀ। ਤੇ ਫਿਰ ਡਾਇਰੈਕਟਰ ਤਾਂ ਆਪ ਹੀ ਹੋਈ ਫਿਰ ਜੁਨੀ ਕਿੱਥੋਂ? ਉਹੀ ਤਾਂ ਬੜੀ ਗਲਤ ਗੱਲ ਹੈ ਯਾਰ ਇਹ, ਫਿਰ ਆਪਾਂ ਲੋਕਾਂ ਨੂੰ ਗਲਤ ਕਹਿੰਦੇ ਆ ਤੇ ਆਪ ਹੀ ਜਦ ਗਲਤ ਆ। ਉਹੀ ਤਾਂ ਗੱਲ ਆ। ਦੂਜੀਆਂ ਇਹਦੀਆਂ ਰੀਲਾਂ ਜਾ ਕੇ ਦੇਖੋ, ਬੱਗੇ ਸਫਰੀ ਦੇ ਗਾਣੇ, ਡਬਲ ਮਤਲਬ ਮੀਨਿੰਗ ਗੱਲਾਂ ਜੋ ਰੀਲਾਂ ਦੇ ਵਿੱਚ ਕੀਤੀਆਂ, ਠੀਕ ਆ, ਉਹ ਤਾਂ ਨਹੀਂ ਡਾਇਰੈਕਟਰ ਕਹਿੰਦੇ? ਨਾ 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 ਨਾ, ਉਹ ਕੋਈ ਡਾਇਰੈਕਟਰ ਨਹੀਂ ਕਹਿੰਦਾ। ਉੱਤੋਂ ਉਹ ਕਿਹੜੇ, ਉਹ ਮਤਲਬ ਹੁਣ ਮੈਂ ਇੱਥੇ ਬੋਲ ਨਹੀਂ ਸਕਦਾ, ਉਹ ਕੀ ਜੋਨੀ ਜੂਨੀ ਸੈਂਸ, ਉਹਦੀਆਂ ਵੀਡੀਓ ਉਹਦੇ ਫੋਨ ਦੇ ਉੱਤੇ, ਠੀਕ ਆ, ਉਹ ਦਸ ਪਲਾ ਹੋਵੇ ਬਾਬੇ ਹੋ ਵਾਹਿਗੁਰੂ ਯਾਰ। ਇਹ ਬੜੀ ਗਲਤ ਗੱਲ ਹੈ ਵੀ ਆਪਾਂ ਐਵੇਂ ਪੰਜਾਬ ਦੇ ਵਿੱਚ ਪੰਜਾਬੀ ਕੁੜੀਆਂ ਦਾ ਨਾਂ ਬਦਨਾਮ। ਅੱਛਾ ਇੱਕ ਗੱਲ ਮੈਨੂੰ ਹੋਰ ਦੱਸੋ, ਜਿਹੜੇ ਜਿਹੜਾ ਕੁੜੀਆਂ ਦਾ ਬਦਨਾਮ ਤਾਂ ਤਾਂ ਭਾਜੀ ਤੁਹਾਨੂੰ ਲੱਗਦਾ ਇਹ ਪੰਜਾਬ ਦੀ? ਪੰਜਾਬ ਦੀ ਹੈ ਹੀ ਨਹੀਂ ਇਹ, ਕਿੱਥੋਂ ਦੀ ਹੈ? ਇਹ ਪੰਜਾਬ ਦੀ ਨਹੀਂ ਹੈਗੀ, ਇਹ ਬਾਹਰ ਦੀ ਆ। ਇਹ ਮੈਂ ਤੁਹਾਨੂੰ ਉੱਥੇ ਇੰਟਰਵਿਊ ਚ ਦੱਸੂਗਾ। ਨਹੀਂ ਫਿਰ ਵੀ ਆਪਾਂ ਇਸ ਚੀਜ਼ ਦੀ ਤਾਂ ਗੱਲ ਕਰ ਲਈਏ, ਯੂਪੀ ਸਾਈਡ ਤੇ ਤਾਂ ਨਹੀਂ ਹੈ? ਇਹ ਯੂਪੀ ਸਾਈਡ ਦੇ ਹੀ ਆ ਵੀਰੇ। ਓਏ ਥੋੜਾ ਭਲਾ ਹੋ ਜੇ। ਤੇ ਫਿਰ ਇਹਦਾ ਫਾਦਰ ਕਰੋਨਾ ਚ ਮਰਿਆ ਸੀਗਾ, ਕਰੋਨਾ ਕਰਕੇ? ਕਰੋਨਾ ਵਾਲੇ ਟਾਈਮ ਚ ਜਰੂਰ ਡੈਥ ਹੋਈ ਸੀਗੀ ਇਹਨਾਂ ਦੇ ਫਾਦਰ ਸਾਹਿਬ ਦੀ, ਹਾਂ, ਬਟ ਕਰੋਨਾ ਕਰਕੇ ਨਹੀਂ ਹੋਈ ਸੀਗੀ। ਅੱਛਾ, ਮਤਲਬ ਇਹਨਾਂ ਨੇ ਸਿੰਪਥੀ ਲਈ ਹੈ ਸਿਰਫ ਫਾਦਰ ਦੀ? ਹਾਂ, ਇਹਨਾਂ ਨੇ ਹੁਣ ਪਤਾ ਨੀ ਕਿਉਂ ਕਿਹਾ ਵਾ ਵੀ ਕਰੋਨਾ ਕਰਕੇ ਹੋਈ ਆ, ਕਿਉਂਕਿ ਮੈਂ ਉਦੋਂ ਇਹਨਾਂ ਦੇ ਲਿੰਕ ਚ ਹੀ ਰਿਹਾ, ਮੈਂ ਹਮੇਸ਼ਾ, 6 ਸਾਲ ਹੋ ਗਏ ਮੈਨੂੰ ਇਹਨਾਂ ਨਾਲ, ਠੀਕ ਆ। ਇੱਕ ਗੱਲ ਹੋਰ ਦੱਸੋ, ਜਿਹੜੀ ਅੰਮ੍ਰਿਤਪਾਲ ਸਿੰਘ ਮਹਿਰੋ ਨਾਲ ਹੁਣੇ ਕੰਟਰੋਵਰਸੀ ਹੋ ਰਹੀ ਹੈ, ਉਹ ਕਿੰਨੀ ਸੱਚ ਹੈ? ਸਭ ਫੇਕ ਆ ਜੀ ਉਹ। ਮੈਂ ਤਾਂ ਬਾਬਾ ਜੀ ਨੂੰ ਵੀ ਕਹੂੰਗਾ, ਜਿਹੜੀ ਸਪੋਰਟ ਹੁਣ ਕਰਨ ਲੱਗ ਗਈ ਗਲਤ ਕਰਦੇ ਪਏ, ਕੋਈ ਗਰੀਬ ਮਾਤੜ ਨਹੀਂ ਹੈਗੀ ਜੀ, ਬਹੁਤ ਵਧੀਆ ਕਰੋ ਆ। ਬਾਬਾ ਜੀ ਨੂੰ ਇਹਨਾਂ ਨੇ ਝੂਠ ਬੋਲਿਆ? ਸਾਰੀ ਚੀਜ਼ਾਂ, ਸਾਰੀਆਂ ਚੀਜ਼ਾਂ ਝੂਠ ਬੋਲੀਆਂ, ਮਹਿਰੋ ਜੀ ਨੂੰ ਸਭ ਕੁਝ ਝੂਠ ਬੋਲਿਆ, ਅੱਛਾ, A to Z ਝੂਠ ਬੋਲਿਆ। ਨਹੀਂ ਫਿਰ ਜਦ ਉਹਨਾਂ ਨੇ ਇਹਨਾਂ ਨੂੰ ਕਿਹਾ ਵੀ ਤੁਸੀਂ ਸੁਧਰ ਜਾਓ, ਇਹ ਮਾਫੀਆਂ ਮੰਗਣ ਤੱਕ ਆ ਗਏ ਨੇ, ਬਾਬਾ ਜੀ ਨੂੰ ਵੀ ਜਿਵੇਂ ਇਹਨਾਂ ਨੇ ਸਿੰਪਥੀ ਕਾਰਡ ਪਲੇ ਕੀਤਾ, ਬਾਬਾ ਜੀ ਹੁਣਾਂ ਨੇ ਵੀ ਇਹਨਾਂ ਨੂੰ ਇਹੀ ਕਿਹਾ, ਦੱਸੋ ਤੁਹਾਨੂੰ ਚਾਹੀਦਾ ਕੀ ਆ। ਉਸ ਤੋਂ ਬਾਅਦ ਕੰਟਰੋਵਰਸੀ ਹੋਣ ਤੋਂ ਬਾਅਦ ਇਹਨਾਂ ਨੂੰ ਬਾਹਰੋਂ ਫੋਨ ਆਉਣੇ ਸ਼ੁਰੂ ਹੋ ਜਾਂਦੇ ਆ ਵੀ ਤੁਸੀਂ ਚੰਗੀਆਂ ਫਿਲਮਾਂ ਬਣਾਓ, ਦੱਸੋ ਤੁਹਾਨੂੰ ਕੀ ਚਾਹੀਦਾ। ਅੱਛਾ, ਬਾਹਰੋਂ ਫੋਨ ਆ ਰਹੇ, ਫਿਰ ਡੋਨੇਸ਼ਨ ਤਾਂ ਨਹੀਂ ਮੰਗੀ ਇਹਨਾਂ ਨੇ? ਮੈਂ ਕਹਿੰਦਾ ਜੀ ਪੂਰੀ ਡੋਨੇਸ਼ਨ ਮੰਗੀ ਆ, ਕਿੰਨੀ ਮੰਗੀ, ਕਿੰਨੀ ਇਕੱਠੀ ਕੀਤੀ, ਉਹ ਵੀ ਤੁਹਾਨੂੰ ਦੱਸ ਦੂੰਗਾ। ਡੋਨੇਸ਼ਨ ਆਣੀ ਵੀ ਸ਼ੁਰੂ ਹੋ ਗਈ? ਆਣੀ ਵੀ ਸ਼ੁਰੂ ਹੋ ਗਈ, ਤੁਸੀਂ ਇਹਦੀਆਂ ਰੀਲਾਂ ਦੇਖੋ ਸ਼ਰੇਆਮ, ਉੱਥੇ ਮੈਂ ਸਕਰੀਨਸ਼ਾਟ ਵੀ ਬਕਾਇਦਾ ਖਿੱਚੇ ਹੋਏ ਆ, ਕਲਿੱਕ ਕੀਤੇ ਹੋਏ ਆ ਸ਼ਰੇ। ਦੋਸਤੋ ਥੋੜੀ ਜਿਹੀ ਘੱਟੋ, ਦੋਸਤੋ ਤੁਸੀਂ ਆਹ ਵੀਡੀਓ ਨਾ ਮੇਰੇ ਪਰਸਨਲ ਇੰਸਟਾਗ੍ਰਾਮ ਦੇ ਉੱਤੇ ਆ, ਪਰਮਦੀਪ ਸਿੰਘ ਧਮਾਨ ਦੇ ਉੱਤੇ, ਤੁਸੀਂ ਉੱਥੋਂ ਦੇਖ ਸਕਦੇ ਹੋ। ਪਰ ਜਿਹੜਾ ਆਹ ਖੁਲਾਸਾ ਵੀਰ ਨੇ ਕੀਤਾ ਨਾ ਅਵਿਸ਼ ਗਰੇਵਾਲ ਨੇ, ਇਹ ਉਹਦਾ
ਕਮਲ ਕੌਰ ਦਾ ਐਕਸ ਬੁਆਏਫ੍ਰੈਂਡ ਆ, ਮਤਲਬ ਇਹ 24 ਘੰਟੇ ਉਹਦੇ ਨਾਲ ਹੁੰਦਾ ਸੀਗਾ। ਇਹ ਸਾਰੀਆਂ ਚੀਜ਼ਾਂ ਇਹ ਬੰਦੇ ਨੇ ਮੈਨੂੰ ਦੱਸੀਆਂ। ਮੈਨੂੰ ਸਪੈਸ਼ਲ ਬਾਈ ਦਾ ਫੋਨ ਆਇਆ, ਕਹਿੰਦਾ ਪਰਮਵੀਰ ਮੈਂ ਤੁਹਾਡੇ ਨਾਲ ਗੱਲ ਕਰਨੀ। ਮੈਂ ਕਿਹਾ ਕੀ ਹੋਇਆ? ਕਹਿੰਦਾ ਵੀ ਐਵੇਂ ਐਵੇਂ ਆ ਵੀ ਮੈਂ ਸਾਰੀਆਂ ਗੱਲਾਂ ਕਲੀਅਰ ਕਰਨੀਆਂ ਨੇ। ਹੋਰ ਜਿਹੜੀ ਮਹਿਰੋ ਸਾਹਿਬ ਨਾਲ ਉਹਨਾਂ ਦੀ ਗੱਲ ਹੋਈ ਆ, ਮਾਫ਼ੀ ਮੰਗੀ ਹੈ ਵੀ ਮੇਰੇ ਫਾਦਰ ਐਵੇਂ ਸੀ, ਮੇਰਾ ਘਰ ਪਰਿਵਾਰ ਗਰੀਬ ਹੈ, ਮੇਰੀ ਮਾਂ ਬਿਮਾਰ ਰਹਿੰਦੀ ਹੈ, ਵੀ ਮੈਂ ਰੱਖੀ ਫਿਰਦੀ ਆ ਉਹ ਆਈਫੋਨ 13, ਗਰੀਬ ਕਿੱਥੋਂ ਹੋਈ? ਸਭ ਕੁਝ ਫੇਕ ਆ ਜੀ। ਦੋ ਭਰਾ ਨੇ, ਵਧੀਆ ਕੰਮ ਕਰਦੇ ਨੇ ਉਹ ਆਪਣਾ, ਠੀਕ ਆ। ਵਿੱਚ ਇਹਦੀ ਜਿਹੜੀ ਇੱਕ ਦੂਜੀ ਸਿਸਟਰ ਆ ਉਹ ਵੀ ਵਧੀਆ ਆਪਣਾ ਕੰਮ ਕਰਦੀ ਆ, ਇਹਦੀ ਮੰਮੀ। ਸਿਰਫ ਇਹੀ ਕੰਟਰੋਵਰਸੀ ਸਿੰਪਥੀ ਕਾਰਡ ਪਲੇ ਕਰਕੇ ਲੋਕਾਂ ਨੂੰ ਠੱਗਦੇ ਆ। ਇਹਦੇ ਵਿੱਚ ਹੁਣ ਮੈਂ ਸੱਤੇ ਦੀ ਗੱਲ ਕਰਾਂ, ਠੀਕ ਆ। ਸੱਤੇ ਨੂੰ ਇਹ ਆ ਵੀ ਉਹਦਾ ਚੈਨਲ ਚੱਲ ਪਵੇ, ਉਹਨੂੰ ਪਤਾ ਹੈ ਕੰਟਰੋਵਰਸੀ ਕੋਈ ਨਾ, ਠੀਕ ਆ। ਪਲੇਥਨ ਲੱਗਦਾ ਹੁੰਦਾ, ਉਹ ਪਲੇਥਨ ਸਮਝ ਕੇ ਨਾਲ 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 ਉਹਨੇ ਤਾਂ ਆਪਣਾ ਚੈਨਲ ਚਲਾਉਣਾ, ਉਹ ਤਾਂ ਕੰਟਰੋਵਰਸੀ ਵਿੱਚ ਆਉਣ ਕੀ ਜਾਣ ਕੇ, ਆਬਵੀਅਸ ਜੀ ਗੱਲ ਹੈ। ਹਾਂ, ਬਾਕੀ ਵੀਰੇ ਜੋ ਤੁਹਾਡੇ ਨਾਲ ਗੱਲਾਂ ਕਰਦਾ ਪਿਆ ਇਹ ਤਾਂ 100% ਦੇ ਵਿੱਚੋਂ ਜੇ ਮੈਂ ਗੱਲ ਕਰਾਂ ਇਹ ਤਾਂ 10% ਆ, ਸਿਰਫ 10%। ਨਹੀਂ ਆਪਾਂ ਇੰਟਰਵਿਊ ਕਰ ਰਹੇ ਹਾਂ ਵੀਰ, ਆਪਾਂ ਇੰਟਰਵਿਊ ਕਰ ਰਹੇ ਹਾਂ ਬਹੁਤ ਛੇਤੀ ਦੋਸਤੋ ਇਸੇ ਚੈਨਲ ਦੇ ਉੱਤੇ ਆਤਿਜ਼ਮ ਟੀਵੀ ਦੇ ਉੱਤੇ ਇੰਟਰਵਿਊ ਹੋਊਗੀ ਬਾਈ ਦੇ ਨਾਲ, ਸਾਰੇ ਖੁਲਾਸੇ ਬਾਈ ਮੈਨੂੰ ਕਲੀਅਰ ਕਰੀ, ਕਿਉਂ ਆਪਾਂ ਪੰਜਾਬ ਦੇ ਲੋਕਾਂ ਨੂੰ ਸੱਚਾਈ ਦੱਸਣੀ ਆ ਵੀ ਕੰਟਰੋਵਰਸੀ ਕਰ ਕਰਕੇ ਇਹ ਲੋਕਾਂ ਤੋਂ ਸਿਰਫ ਸਿੰਪਥੀ ਲੈਣਾ ਜਾਣਦੇ ਨੇ ਇਹ ਲੋਕ। ਨਾਲੇ ਵੀਰੇ ਜੋ ਇਹਨਾਂ ਦਾ ਸਿੰਪਥੀ ਕਾਰਡ ਜੋ ਇਹਨਾਂ ਦਾ ਪਲੇ ਹੋ ਰਿਹਾ ਜਾਂ ਜੋ ਵੀ ਇਹਨਾਂ ਦਾ ਜਿੰਨੀ ਵੀ ਸ਼ੁਰੂ ਤੋਂ ਲੈ ਕੇ ਜਿੰਨੀ ਵੀ ਪਲੈਨਿੰਗ ਰਹੀ ਆ, ਜਿੰਨਾ ਵੀ ਇਹਨਾਂ ਦਾ ਹੁਣ ਤੱਕ ਇਹ ਰਿਹਾ ਸ਼ੁਰੂ, ਮੈਂ ਉਹ ਪੇਸ਼ ਕਰੂੰਗਾ ਤੁਹਾਡੇ ਸਾਹਮਣੇ ਜਿਹਨਾਂ ਦੇ ਮੇਰੇ ਕੋਲ ਪ੍ਰੂਫ ਹੋਣਗੇ, ਕਿਉਂਕਿ ਮੈਂ ਬਕਾਇਦਾ ਉੱਥੇ 4 ਦਿਨ ਰਿਹਾ ਜਿੰਨਿਆਂ, ਕਿਉਂਕਿ 4 ਦਿਨ ਇਹ ਜਿਹੜਾ ਬਾਬਾ ਜੀ ਕੰਟਰੋਵਰਸੀ ਹੋਈ ਨਾ, ਮੈਂ ਉੱਥੇ ਸੀਗਾ। 2 ਵਾਰੀ ਬਾਬਾ ਜੀ ਦਾ ਜਦੋਂ ਫੋਨ ਆਇਆ ਉਦੋਂ ਵੀ ਮੈਂ ਉੱਥੇ ਹੀ ਸੀ। ਓਕੇ, ਤੁਸੀਂ ਨਾਲ ਸੀ ਉਦੋਂ ਜਦੋਂ ਬਾਬਾ ਜੀ ਦਾ ਫੋਨ ਆਇਆ? ਹਾਂ, ਮੈਂ ਨਾਲ ਸੀ। ਇਹ ਬਾਬਾ ਜੀ ਹੁਣਾਂ ਦੀਆਂ ਵੀ ਰਿਕਾਰਡਿੰਗਾਂ ਕਰੀ ਜਾਂਦੇ ਸੀਗੇ। ਅੱਛਾ, ਬਾਬਾ ਜੀ ਦੀ ਇਹਨਾਂ ਨੇ ਰਿਕਾਰਡਿੰਗਾਂ ਕਰੀਆਂ ਹੋਈਆਂ ਨੇ। ਹਾਂ, ਚਲੋ ਉਹ ਤਾਂ ਉਹਨਾਂ ਨੇ ਮੈਂਸ਼ਨ ਕਰ ਹੀ ਦਿੱਤੀਆਂ ਸੀ, ਬਾਬਾ ਜੀ ਨੇ ਇੰਸਟਾਗ੍ਰਾਮ ਦੇ ਉੱਤੇ ਪਾ ਕੇ ਅਪਲੋਡ ਕਰਤੀਆਂ ਸੀ ਜੋ ਉਹਨਾਂ ਦੀ ਗੱਲ ਹੋਈ ਹੈ। ਦਿਨ ਫੋਨ ਆਂਦਾ ਵੀ ਮੈਨੂੰ ਪਤਾ ਨਹੀਂ ਸੀਗਾ ਵੀ ਤੁਸੀਂ ਗਰੀਬ ਘਰੋਂ, ਬਾਬਾ ਜੀ ਇਹਨਾਂ ਨੂੰ ਕਹਿੰਦੇ ਕੋਈ ਨੀ ਤੁਸੀਂ ਕਰੋ, ਫਿਰ ਵੀ ਸਾਨੂੰ ਦੱਸ ਦੋ। ਬਾਬਾ ਜੀ ਨੇ ਕਹਿੰਦੇ ਵੀ ਅਸੀਂ ਤੁਹਾਨੂੰ ਸਪੋਰਟ ਕਰਾਂਗੇ, ਵਧੀਆ ਚੀਜ਼ ਬਣਾਓ। ਚਲੋ ਠੀਕ ਆ, ਹੁਣ ਇਹਨਾਂ ਦਾ ਗੇਮ ਪਲੇ ਇੱਦਾਂ ਹੋ ਰਿਹਾ ਵੀ ਵਧੀਆ ਚੀਜ਼ ਬਣਾ ਕੇ, ਠੀਕ ਆ। ਉਹ ਪਤਾ ਵੀ ਹੁਣ ਚੱਲਣੀ ਨੀ ਗੀ, ਠੀਕ ਆ, ਉਹ ਹੁਣ ਚੱਲਣੀ ਨੀ ਬਾਅਦ ਦੇ, ਕਿਉਂਕਿ ਇਹਨਾਂ ਨੇ ਕੱਲ ਸਾਰਾ ਕੁਛ ਪਾਤਾ ਸੀਗਾ ਵੀ ਆਹ ਮੇਰਾ ਫੋਨ ਪੇ ਨੰਬਰ ਆ ਵੀ ਮੈਨੂੰ ਦਾਨ ਕਰੋ 10 ਪਲ। ਅੱਛਾ, ਫੋਨ ਪੇ ਨੰਬਰ ਡੋਨੇਸ਼ਨ ਵਾਸਤੇ ਦੇ ਦਿੱਤਾ? ਹਾਂ, 10 ਪਲ ਹੋਵੇ ਵੀ ਆ ਮੇਰਾ ਫੋਨ ਪੇ ਨੰਬਰ ਆ। ਕੱਲ ਮੇਰੇ ਕੋਲ ਬਕਾਇਦਾ ਸਕਰੀਨਸ਼ਾਟ ਵੀ ਪਏ ਆ। ਓਕੇ, ਮੈਨੂੰ ਭੇਜਿਓ ਜ਼ਰੂਰ, ਅਸੀਂ ਨਾਲ ਲਾਵਾਂਗੇ ਵੀਡੀਓ ਦੇ ਵਿੱਚ ਤੇ ਆਪਾਂ ਇੰਟਰਵਿਊ ਛੇਤੀ। ਇੰਟਰਵਿਊ ਦੋਸਤੋ ਇਸੇ ਚੈਨਲ ਦੇ ਉੱਤੇ ਆਏਗੀ ਛੇਤੀ ਤੋਂ ਪਹਿਲਾਂ ਸਬਸਕ੍ਰਾਈਬ ਕਰ ਲਓ ਆਤਿਜ਼ਮ ਟੀਵੀ, ਤੇ ਅਗਰ ਇਹ ਵੀਡੀਓ ਚਾਹੀਦੀ ਆ ਤਾਂ ਮੇਰੇ ਪਰਸਨਲ ਇੰਸਟਾਗ੍ਰਾਮ ਦੇ ਉੱਤੇ ਪਈ ਆ ਪਰਮਦੀਪ ਸਿੰਘ ਧਮਾਨ ਦੇ ਉੱਤੇ। ਆਪਾਂ ਇੰਟਰਵਿਊ ਵੀਰੇ ਕਰ ਰਹੇ ਹਾਂ, 2 ਦਿਨਾਂ ਦੇ ਵਿੱਚ ਇਹ ਇੰਟਰਵਿਊ ਲਾਈਵ ਆ ਜਾਏਗੀ। ਔਰ ਦੂਜੀ ਗੱਲ ਵੀਰੇ ਹੋਰ ਤੁਹਾਨੂੰ ਦੱਸ ਦਵਾਂ, ਚਲੋ ਇੱਕ ਆਈਫੋਨ ਦਾ ਜਿਹੜਾ ਠੱਗਿਆ, ਠੀਕ ਆ, ਬਟ ਆਪਣੇ ਕੋਲ ਇਹ ਵੀ ਲਿੰਕ ਹੈਗਾ ਜੇ ਉਹ ਬੰਦਾ ਵੀ ਜੇ ਸਾਹਮਣੇ ਲਿਆਉਣਾ ਹੋਵੇ ਨਾ, ਆਪਾਂ ਉਹ ਬੰਦਾ ਵੀ ਸਾਹਮਣੇ ਲੈ ਕੇ ਆ ਸਕਦੇ। ਨਹੀਂ, ਆਪਾਂ ਲੈ ਕੇ ਆਵਾਂਗੇ, ਮੇਰੇ ਵੀਰ ਆਪਾਂ ਲੈ ਕੇ ਆਵਾਂਗੇ, ਬੰਦਾ ਅੱਗੇ ਲੈ ਕੇ ਆਵਾਂਗੇ, ਉਹ ਬੰਦਾ ਵੀ ਸਾਹਮਣੇ ਲੈ ਆਵਾਂਗੇ, ਕਿਉਂਕਿ ਉਹਨਾਂ ਨੇ ਤਾਂ ਬਈ ਹੁਣ ਜਿਹਨੂੰ ਪਤਾ ਹੋਵੇ ਵੀ ਬਈ ਮੇਰੇ ਇੰਨੇ ਪੈਸੇ ਗਏ ਆ ਜਾਂ ਇੰਨੇ, ਠੀਕ ਆ, ਕਈ ਲੋਕਾਂ ਕੋਲ ਬਹੁਤ ਜ਼ਿਆਦਾ ਹੁੰਦੇ ਆ, ਉਹਨਾਂ ਨੂੰ ਦੁੱਖ ਨੀ ਲੱਗਦਾ, ਬਟ ਗਏ ਤਾਂ ਸਾਲੇ ਪੱਲੇ ਹੋਈ ਆ। ਬਿਲਕੁਲ ਪੱਲੇ ਹੋ ਗਏ ਨੇ ਗੇ। ਹਾਂ, ਔਰ ਦੂਜੀ ਗੱਲ ਜਿਹੜਾ ਇਹਨਾਂ ਦਾ ਮਤਲਬ ਜਿਹੜਾ ਇਹ ਪਲੇ ਕਰਦੇ ਆ, ਮਤਲਬ ਇਹਨਾਂ ਦਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਜੋ ਲਾਈਫ ਦੇ ਵਿੱਚ ਕਿਵੇਂ ਲੋਕਾਂ ਦੇ ਨਾਲ ਵਿਚਰਦੇ ਆ, ਕਿਵੇਂ ਲੋਕਾਂ ਨੂੰ ਠੱਗਣਾ ਵਾ, ਕਿਵੇਂ ਲੋਕਾਂ ਲੈਣੀ, ਹੋਰ ਕਿਵੇਂ ਮਤਲਬ ਪੈਸੇ ਇਕੱਠੇ ਕਰਨੇ ਆ, ਸਾਰਾ ਕੁਝ ਵੀਰੇ ਮੈਂ ਖੁਲਾਸਾ ਕਰੂੰਗਾ ਇਸ ਚੀਜ਼ ਦਾ। ਸਾਨੂੰ ਸਾਰੇ ਸਬੂਤ, ਤੁਹਾਡੇ ਕੋਲ ਸਬੂਤ ਹੈ ਨੇ? ਮੇਰੇ ਕੋਲ ਵੀਰੇ ਸਾਰੇ ਸਬੂਤ ਪਏ ਆ, ਸਾਨੂੰ ਸਬੂਤ ਸਾਰੇ ਚਾਹੀਦੇ ਨੇ ਗੇ। ਕਾਇਦਾ ਜਿਹੜੇ ਬੰਦਿਆਂ ਨਾਲ ਇਹਨਾਂ ਦੀ ਗੱਲ ਹੋਈ ਆ, ਠੀਕ ਆ, ਜਿਹੜੇ ਜਿਹੜੇ ਬੰਦਿਆਂ ਨੂੰ ਇਹਨਾਂ ਨੇ ਮਤਲਬ ਠੱਗਿਆ ਵਾ, ਬਕਾਇਦਾ ਮੇਰੇ ਕੋ ਸਾਰਾ ਕੁਝ ਪਿਆ। ਲਾ ਠੀਕ ਆ, ਆਪਾਂ ਇੰਟਰਵਿਊ ਦੇ ਵਿੱਚ ਸਾਰੇ ਖੁਲਾਸੇ ਕਰਦੇ ਆ, ਫੋਟੋਆਂ ਵੀ ਪਈਆਂ ਨੇ, ਠੀਕ ਆ, ਸਾਰਾ ਕੁਝ ਮੇਰੇ ਕੋ ਠੀਕ ਆ। ਜਿਹੜਾ ਇਹ ਸਿੰਪਥੀ ਕਾਰਡ ਪਲੇ ਕਰਦੇ ਵੀ ਡਰੈਕਟਰ ਐ ਕਰਾਉਂਦੇ ਆ ਵੀ ਮੇਰੇ ਤੋਂ ਡਰੈਕਟਰ ਇਹ ਕਰਾਉਂਦੇ ਆ, ਸਭ ਕੁਝ ਫੇਕ ਆ ਜੀ, ਕੁਝ ਉਹਦੇ ਵਿੱਚ ਸੱਚ ਨਹੀਂ ਹੈਗਾ, ਸਭ ਕੁਝ ਫੇਕ ਆ।
सिर्फ कंट्रोवर्सी करने दे लिए एंड सिंपथी कार्ड गर्ल कार्ड प्ले करने दे लिए। हाँ बाकी जेड़ा है इना दा जेड़ा इंस्टाग्राम है ठीक है काफी जेड़ी जेड़े लोग का पंजाब दे वो गंद मंद देख देख दे अभी रे ठीक है ते इना ने वो गंदियां रीला पाइया जो भी पाया है ना ने ठीक है इना नु फर्क नहीं पिया क्योंकि ये पंजाब दी है ही नहीं गी बिल्कुल राइट है ठीक है पर एटलीस्ट कुड़ी ता है ना हाँ कुड़ी है कुड़ी ता है ना कुड़ी नु घट्टो घट लाज शर्म ता होनी चाहिए थी है। हाँ और दूजी गल भीरे आपां जिवें मैं तुहानू दस्सिया वी जिवें इहने आईफोन लिया वा इदां ही ना मैं दो तीन गल्लां होर ने ऐसियां जिवें हुण गड्डी कित्थों आई आ सारा कुछ भीरे मैं ए टू जेड दसूंगा ठीक है बारे भी दसूंगा इहदा घर किहो जिहा वा ठीक है मैं ना सत्ते दे घरे बैठा सीगा सत्ते ने मैनूं पता इक गल कही सी पहली गल तां सत्ते दे घरे चार दिन मैनूं इहनां ने रोटी नहीं दित्ती शूटिंग ते ਤੁਹਾਡਾ ਭਲਾ ਹੋ ਜੇ ਚਾਰ ਦਿਨ ਤੁਸੀਂ ਉਹਨਾਂ ਦੇ ਘਰੇ ਰੋਟੀ ਨਹੀਂ ਪੁੱਛੀ ਤੁਹਾਨੂੰ ਮੈਨੂੰ ਇੱਕ ਟਾਈਮ ਰੋਟੀ ਮਿਲਦੀ ਸੀ ਰਾਤ ਦੇ ਟਾਈਮ ਤੁਹਾਡਾ ਭਲਾ ਹੋ ਜੇ ਜੇਲ੍ਹ ਕਟਾਈ ਦਾ ਹੁੰਦਾ ਫਿਰ ਜਿਵੇਂ ਜੇਲ੍ਹ ਚ ਨਹੀਂ ਹੁੰਦਾ ਬੰਦਾ ਏਦਾਂ ਮੈਂ ਨਾ ਉੱਥੇ ਕਿਤੇ ਜਾਣ ਜੋਗਾ ਨਾ ਕੁਝ ਹੋਰ ਕਿਉਂਕਿ ਮੈਂ ਕਮਲ ਦੀ ਗੱਡੀ ਦੇ ਵਿੱਚ ਹੀ ਆਇਆ ਸੀਗਾ ਬਿਲਕੁਲ ਰਾਈਟ ਆ ਠੀਕ ਆ ਠੀਕ ਆ ਪਿੰਡ ਚ ਦੁਕਾਨ ਕੋਈ ਸੀਗੀ ਨੀ ਇੱਕ ਸੀਗੀ ਉਹ ਬੰਦ ਸੀਗੀ ਬਾਕੀ ਉਹ ਦੂਰ ਅੱਡੇ ਤੇ ਜਾਣਾ ਪੈਂਦਾ ਸੀ ਓਕੇ ਔਰ ਦੂਜਾ ਨਾਲੇ ਜਿਹੜੇ ਭਾਜੀ ਜਿਨ੍ਹਾਂ ਨੂੰ ਜਿਹੜੇ ਗਰੀਬ ਹੁੰਦੇ ਆ ਜਾਂ ਜਿਨ੍ਹਾਂ ਨੂੰ ਕੈਮਰਿਆਂ ਦੀ ਲੋੜ ਹੁੰਦੀ ਆ ਉਹ ਗੱਡੀਆਂ ਲੋੜ ਪੈਗੀ ਇਹ ਤਾਂ ਸਗੋਂ ਸੱਤੇ ਦੇ ਚੈਨਲ ਤੇ ਓਕੇ ਤੁਹਾਡੀ ਆਵਾਜ਼ ਕੱਟ ਰਹੀ ਹੈ ਵੀਰੇ ਐਵਿਸ ਤੁਹਾਡੀ ਆਵਾਜ਼ ਕੱਟ ਰਹੀ ਹੈ ਮੈਂ ਕਿਹਾ ਜਿਹੜੀ ਜਿਹੜੀ ਕੁੜੀ ਮੂਵੀਆਂ ਪ੍ਰੋਡਿਊਸ ਕਰਦੀ ਪਈ ਆ ਉਹ ਗਰੀਬ ਹੋ ਸਕਦੀ ਆ ਜਮਾ ਵੀ ਨਹੀਂ ਹੋ ਸਕਦੀ ਜਿਹਦੇ ਕੋਲ ਗੱਡੀ ਆ ਉਹ ਗਰੀਬ ਹੋ ਸਕਦਾ ਬਿਲਕੁਲ ਵੀ ਨਹੀਂ ਹੋ ਸਕਦਾ ਜਿਹਦੇ ਕੋਲ ਆਈਫੋਨ 13 ਪ੍ਰੋ ਆ ਉਹ ਗਰੀਬ ਹੋ ਸਕਦੀ ਆ ਬਿਲਕੁਲ ਵੀ ਨਹੀਂ ਹੋ ਸਕਦਾ ਅੱਜ ਦੀ ਡੇਟ 'ਚ ਆਈਫੋਨ 13 ਪ੍ਰੋ ਕਿਸ਼ਤਾਂ ਤੇ ਵੀ ਨਹੀਂ ਲਿਆ ਜਾਂਦਾ ਬਟ ਇਹਨੇ ਇਦਾਂ ਹੀ ਲੋਕਾਂ ਦੀਆਂ ਮਿਹਨਤਾਂ ਕਰ ਕਰ ਠੱਗ ਉਹ ਆਪਣੇ ਪਿਆਰ ਦੇ ਜਾਲ ਚ ਫਸਾ ਕੇ ਇਹਨੇ ਬੇਵਕੂਫ ਬਣਾਇਆ ਆਪਾਂ ਉਹ ਵੀ ਬੰਦਾ ਆਪਾਂ ਅੱਗੇ ਲਿਆਵਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਬਸ ਠੀਕ ਆ ਦੋਸਤੋ 2-3 ਦਿਨਾਂ ਦੇ ਵਿੱਚ ਵਿੱਚ ਇਸ ਚੈਨਲ ਦੇ ਉੱਤੇ ਵੀਡੀਓ ਆ ਜਾਏਗੀ ਬਹੁਤ ਕਰਨਾ ਕਰੋ ਸਾਰੇ ਖੁਲਾਸੇ ਕਰਾਂਗੇ ਅਸੀਂ ਤੇ ਬਹੁਤ ਵੱਡੇ ਖੁਲਾਸੇ ਕਰਾਂਗੇ ਇਹ ਤਾਂ ਜੋ ਦੱਸਿਆ ਸਿਰਫ 10% ਸੀਗਾ ਕਿਉਂਕਿ ਹੁਣ ਜਿਵੇਂ ਤੁਸੀਂ ਨਾਲ ਦੀ ਨਾਲ ਜਲਦੀ ਜਲਦੀ ਕਿਹਾ ਲਾਈਵ ਆ ਜਾਓ ਠੀਕ ਆ ਜਲਦੀ ਜਲਦੀ ਚ ਬੰਦੇ ਦੇ ਉਹੀ ਜਿਹੜੇ ਥੋਟ ਹੈ ਜਿਹੜੇ ਹੁੰਦੇ ਆ ਦਿਮਾਗ ਚ ਉਹ ਨਾਲ ਦੀ ਨਾਲ ਬੋਲ ਦਿੰਦਾ ਬਕਾਇਦਾ ਜਦੋਂ ਤੁਸੀਂ ਇੰਟਰਵਿਊ ਕਰੋਗੇ ਨਾ ਮੈਂ ਸਾਰਾ ਤੇ ਕਿਹੜੇ ਕਿਹੜੇ ਚੀਜ਼ ਤੇ ਬੋਲਣਾ ਵਾ ਉਸ ਚੀਜ਼ ਦਾ ਬਕਾਇਦਾ ਪ੍ਰੂਫ ਤੁਹਾਨੂੰ ਦਊਂਗਾ ਠੀਕ ਹੈ ਸਾਨੂੰ ਸਾਰੇ ਪ੍ਰੂਫ ਚਾਹੀਦੇ ਨੇ ਤੁਹਾਨੂੰ ਸਾਰਾ ਐਨ ਏ ਟੂ ਜੈਡ ਦੱਸੂਗਾ ਔਰ ਬਾਅਦ ਦੇ ਵਿੱਚ ਮੈਨੂੰ ਜਿਵੇਂ ਧਮਕੀਆਂ ਵੀ ਜਿਵੇਂ ਇਹ ਦਿੰਦੀਆਂ ਵੀ ਮੈਂ ਆਹ ਕਰ ਦੂ ਮੈਂ ਉਹ ਕਰ ਦੂ ਠੀਕ ਆ ਉਹ ਬੰਦਿਆਂ ਦੇ ਮੈਂ ਨਾਮ ਵੀ ਦੱਸੂਗਾ ਠੀਕ ਹੈ ਠੀਕ ਆ ਆਪਾਂ ਕਿਉਂਕਿ ਮੈਂ ਇਹੋ ਜਿਹਾ ਬੰਦਾ ਜੀ ਵੀ ਲੋਕਾਂ ਨੂੰ ਆਪਣੇ ਪੰਜਾਬ ਦੇ ਲੋਕਾਂ ਨੂੰ ਸੱਚ ਪਤਾ ਲੱਗੇ ਹੋਰ ਬੇਵਕੂਫ ਨਾ ਬਣਨ ਠੀਕ ਆ ਗੱਲ ਕਿਉਂਕਿ ਲੋਕ ਹੁਣ ਇਹਦਾ ਜੋ ਸਿੰਪਤੀ ਕਾਰਡ ਤੁਸੀਂ ਵੀ ਜਦੋਂ ਇਹਨੂੰ ਦੇਖਿਆ ਹੋਣਾ ਤੁਸੀਂ ਕਹਿੰਦੇ ਹੋਣੇ ਵੀ ਭਾਈ ਯਾਰ ਕਿੱਥੇ ਗਰੀਬ ਨਾਲ ਧੱਕਾ ਹੋ ਗਿਆ ਠੀਕ ਆ ਬਟ ਹੁਣ ਮੇਰੀਆਂ ਗੱਲਾਂ ਤਾਂ ਤੁਹਾਨੂੰ ਜੱਜ ਹੁੰਦਾ ਹੋਊਗਾ ਵੀ ਕੋਈ ਗਰੀਬ ਨੀ ਕੋਈ ਕੁਛ ਨੀ ਗਾ ਸਿੰਪਤੀ ਕਾਰਡ ਜਿਵੇਂ ਖੇਡ ਰਹੀ ਆ ਆਪਾਂ ਪੰਜਾਬ ਦੇ ਲੋਕਾਂ ਨੂੰ ਹੋਰ ਬੇਵਕੂਫ ਬਣਨ ਨਹੀਂ ਦੇਣਾ ਇਮੋਸ਼ਨਲ ਕਰਕੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਨੇ ਕਹਿਣ ਦਾ ਮਤਲਬ ਇਹ ਹੈ ਹਾਂ ਮੈਂ ਤੁਹਾਨੂੰ ਦੱਸੀ ਜਾਂਦਾ ਜਿਹੜਾ ਇਹਨਾਂ ਨੇ ਚੈਨਲ ਤੇ ਉਹ ਇੰਟਰਵਿਊ ਜਿਹਾ ਪਾਇਆ ਸੀਗਾ ਜਿਹਦੇ ਵਿੱਚ ਮੈਂ ਪਿੱਛੇ ਬੋਲਦਾ ਪਿਆ ਉਹ ਮੈਨੂੰ ਮੈਂ ਨਾਲ ਬੈਠਾ ਕਹਿੰਦੇ ਮੇਰੇ ਬਾਰੇ ਸਾਰੇ ਬੋਲਦੇ ਪਏ ਆ ਵੀ ਮੇਰੀ ਸਾਰੇ ਕਿ ਤੂੰ ਤਾਂ ਮੇਰੇ ਨਾਲ ਰਹਿਣਾ ਵੀ ਤੂੰ ਕਿਉਂ ਨਹੀਂ ਕਰਦਾ ਮੈਨੂੰ ਮਜਬੂਰੀ ਚ ਕਰਨਾ ਪਿਆ ਬਟ ਮੇਰੀ ਜ਼ਮੀਰ ਨੇ ਮੈਨੂੰ ਸਾਥ ਨਹੀਂ ਦਿੱਤਾ ਸੀਗਾ ਉਦੋਂ ਹੁਣ ਲੋਕੀ ਇਹ ਵੀ ਕਹਿਣਗੇ ਵੀ ਚੱਲ ਹੁਣੇ ਇਹ ਪਤਾ ਨਹੀਂ ਉਹਦੇ ਤੋਂ ਅਲੱਗ ਹੋਣਾ ਵਾ ਵੀ ਤਾਂ ਇਹ ਉਹਦੇ ਬਾਰੇ ਬੋਲਦਾ ਪਿਆ ਵਾ ਮੈਂ ਵੀਰੇ ਕੁਛ ਵੀ ਬੋਲਦਾ ਪਿਆ ਔਰ ਬਾਕੀ ਰਹੀ ਗੱਲ ਅਲੱਗ ਹੋਣ ਦੀ ਜਾਂ ਕੁਛ ਵੀ ਇਹੋ ਜਿਹਾ ਕੋਈ ਚੱਕਰ ਕਿਉਂਕਿ ਮੈਂ ਨਾ ਇਹੋ ਜਿਹਾ ਬੰਦਾ ਵੀ ਸੱਚ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਵਾ ਕੁਛ ਵੀ ਫੇਕ ਬਣਾਉਟੀ ਚੀਜ਼ਾਂ ਜਿਹੜਾ ਲੋਕਾਂ ਸੱਚ ਬਿਲਕੁਲ ਪਤਾ ਲੱਗਣਾ ਚਾਹੀਦਾ ਵੀਰੇ ਵੀ ਸੱਚ ਲੋਕਾਂ ਦੇ ਵਿੱਚ ਸਾਹਮਣੇ ਆਉਣਾ ਚਾਹੀਦਾ ਕੀ ਸੱਚ ਹੈ ਕਿ ਬਹੁਤ ਜਨਤਾ ਨਾ ਜਿਹੜੀ ਆਪਣੀ ਪੰਜਾਬ ਦੀ ਉਹ ਬੇਵਕੂਫ ਬਣ ਰਹੀ ਆ
ਲੋਕਾਂ ਨੂੰ ਇਹਦੇ ਬਾਰੇ ਪਤਾ ਹੀ ਨਹੀਂ ਹੈਗਾ ਕੀ ਚੀਜ਼ ਹੈ ਇਹ ਕੀ ਨਹੀਂ, ਇਹ ਇਹਦਾ ਖੁਲਾਸਾ ਮੈਂ ਕਰੂੰਗਾ ਵੀ ਇਹ ਕੀ ਚੀਜ਼ ਆ। ਡਨ, ਤੁਸੀਂ ਖੁਲਾਸਾ ਕਰੋ, ਅਸੀਂ ਤੁਹਾਡੇ ਨਾਲ ਆ। ਹਾਂ ਆਪਾਂ ਨਾਲੇ ਇਹੋ ਜਿਹੇ ਖੁਲਾਸੇ ਕਰਾਂਗੇ, ਇੱਕ ਵਾਰੀ ਤਾਂ ਯੂਟਿਊਬ ਤੇ ਤੜਥੱਲੀ ਮੱਚ ਜਾਊਗੀ ਜਿਹੜਾ ਇਹ ਹੁਣ ਆਪਾਂ ਅੱਜ ਦੀ ਡੇਟ ਚ ਕਮਜ਼ੋਰ ਭਰ ਲਈਏ ਨਾ, ਇਹ ਕੁੜੀ ਦਾ ਧੱਕਾ ਹੋ ਗਿਆ, ਇਹ ਹੋ ਗਿਆ, ਇਹ ਹੋ ਗਿਆ, ਇਹ ਬੋਲਦੇ ਪਏ ਆ ਲੋਕੀ, ਠੀਕ ਆ। ਬਟ ਜਦੋਂ ਆਪਾਂ ਆਪਣਾ ਇੰਟਰਵਿਊ ਜਦੋਂ ਉੱਥੇ ਪਊਗਾ ਨਾ, ਇੱਕ ਵਾਰੀ ਤੜਥੱਲੀ ਮੱਚ ਜਾਊਗੀ ਵੀ ਯਾਰ, ਕਿਉਂਕਿ ਮੈਂ ਜੋ ਜਿਹੜੇ ਤੱਥਾਂ ਤੇ ਬੋਲੂਗਾ ਉਹ ਸਭ ਕੁਝ ਸੱਚਾਈ ਨਾਲ ਵਾਕਫ ਹੋਣਗੇ, ਕੁਝ ਵੀ ਉਹ ਚ ਫੇਕ ਝੂਠੀ ਗੱਲ ਨਹੀਂ ਹੋਊਗੀ। ਠੀਕ ਹੈ, ਆਪਾਂ ਛੇਤੀ ਤੋਂ ਛੇਤੀ ਇੰਟਰਵਿਊ ਕਰਦੇ ਆ। ਸੋ ਵੀਰੇ ਮੈਂ ਤੁਹਾਡੇ ਤੋਂ ਇਜਾਜ਼ਤ ਲੈਣਾ, ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਸਾਡੇ ਨੂੰ ਇਸੇ ਆਤਮ ਟੀਵੀ ਦੇ ਉੱਤੇ। 2 ਤੋਂ 3 ਦਿਨਾਂ ਦੇ ਵਿੱਚ ਵਿੱਚ ਐਵਿਸ ਗਰੇਵਾਲ ਨਾਲ ਅਸੀਂ ਇੰਟਰਵਿਊ ਕਰ ਰਹੇ ਹਾਂ, ਜਿਨ੍ਹਾਂ ਜਿਹੜੇ ਕਿ ਕਮਲ ਕੌਰ ਇਸ ਟਾਈਮ ਕੰਟਰੋਵਰਸੀ ਦੇ ਵਿੱਚ ਨੇ, ਕਿਉਂਕਿ ਉਹਨਾਂ ਨੂੰ ਅੰਮ੍ਰਿਤਪਾਲ, ਬਾਬਾ ਜੀ ਅੰਮ੍ਰਿਤਪਾਲ ਮਹਿਰੋ ਨੇ ਬੜੇ ਆਰਾਮ ਨਾਲ ਕਿਹਾ ਵੀ ਤੁਸੀਂ ਗਲਤ ਵੀਡੀਓ ਬਣਾਉਣੀਆਂ ਬੰਦ ਕਰ ਦਿਓ। ਉਹਨਾਂ ਨੇ ਸਿੰਪਥੀ ਖੇਡ ਕੇ, ਮਾਫ਼ੀ ਮੰਗ ਕੇ ਲੋਕਾਂ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕੀਤੀ ਆ। ਉਹਦੇ ਖੁਲਾਸੇ ਐਵਿਸ ਗਰੇਵਾਲ ਜੀ ਸਾਡੇ ਨਾਲ ਇੰਟਰਵਿਊ ਦੇ ਵਿੱਚ ਕਰਨਗੇ। ਠੀਕ ਹੈ ਵੀਰ ਜੀ, ਇਜਾਜ਼ਤ ਹੈ ਹੁਣ ਸਾਨੂੰ। ਹਾਂਜੀ ਵੀਰੇ ਇਜਾਜ਼ਤ ਆ, ਬਾਕੀ ਬਾਬਾ ਜੀ ਨੂੰ ਵੀ ਪਤਾ ਲੱਗ ਜੂ ਇੱਕ ਵਾਰੀ। ਨਹੀਂ ਬਾਬਾ ਜੀ ਨੂੰ ਬਿਲਕੁਲ ਪਤਾ ਲੱਗੇਗਾ, ਆਪਾਂ ਬਾਬਾ ਜੀ ਨਾਲ ਵੀ ਗੱਲ ਕਰਾਂਗੇ। ਕਿਹੜੇ ਗਲਤ ਬੰਦੇ ਦੀ ਤੁਸੀਂ ਸਪੋਰਟ ਕਰਦੇ ਪਏ ਹੋ ਹੁਣ, ਕਿਉਂਕਿ ਬਾਬਾ ਜੀ ਨੇ ਹੁਣ ਇਹਨਾਂ ਨੂੰ ਇਹ ਦੇ ਨਾਲ ਆ। ਨਹੀਂ, ਆਪਾਂ ਬਾਬਾ ਜੀ ਦਾ ਅੱਖਾਂ ਖੋਲਦੇ, ਆਪਾਂ ਉਹਨਾਂ ਨੂੰ ਗੱਲ ਕਰਦੇ ਆ ਵੀ ਬਾਬਾ ਜੀ ਆਹ ਚੀਜ਼ਾਂ ਹੈਗੀਆਂ ਨੇ, ਤੁਸੀਂ ਦੱਸੋ ਕਿੱਦਾਂ ਕਰਨਾ। ਕਿਉਂਕਿ ਆਪਾਂ ਬਾਬਾ ਜੀ ਨੂੰ ਇੰਨਾ ਰੂਬਰੂ ਕਰਾ ਕੇ ਨਾ, ਕਿਉਂਕਿ ਜਿਵੇਂ ਪੰਜਾਬ ਦੇ ਲੋਕਾਂ ਨੂੰ ਰੂਬਰੂ ਜਿਵੇਂ ਹੋਣਗੇ, ਠੀਕ ਆ, ਜਿਹੜੀ ਇਹ ਸਪੋਰਟ ਜਿਵੇਂ ਕਹਿੰਦੇ ਆ ਨਾ ਵੀ ਸਪੋਰਟ ਮਿਲੇ ਮੈਨੂੰ ਸਭ ਕੁਝ ਮਿਲੇ, ਉਹ ਚੀਜ਼ ਆਪਾਂ ਖਤਮ ਕਰਨੀ ਆ। ਕਿਉਂਕਿ ਜੇ ਸੱਚ ਹੋਵੇ ਨਾ ਫਿਰ ਬੰਦਾ ਕਹਿੰਦਾ ਵੀ ਹਾਂ ਰਿਐਲਿਟੀ ਆ ਸਭ ਕੁਝ ਆ, ਠੀਕ ਆ, ਬਟ ਸਭ ਕੁਝ ਜੇ ਫੇਕ ਆ, ਆਪਾਂ ਪੰਜਾਬ ਦੇ ਲੋਕ ਆਪਣੇ ਹੀ ਲੋਕ ਆ, ਆਪਣੇ ਭਰਾ ਵੱਡੇ ਭਰਾ ਛੋਟੇ ਭਰਾ ਵੱਡੀਆਂ ਭੈਣਾਂ ਸਾਰਾ ਕੁਝ, ਆਪਾਂ ਉਹਨਾਂ ਨੂੰ ਬੇਵਕੂਫ ਨੀ ਬਣਨ ਦੇਣਾ ਹੋਰ। ਠੀਕ, ਡਨ, ਚਲੋ ਠੀਕ ਹੈ ਦੋਸਤੋ, ਲਾਈਵ ਹੁਣ ਅਸੀਂ ਬੰਦ ਕਰਦੇ ਹਾਂ, ਕਾਫੀ ਲੰਬਾ ਲਾਈਵ ਹੋ ਜਾਣਾ ਨਹੀਂ ਤਾਂ। ਤੇ ਐਵੀ ਜੀ ਬਹੁਤ ਬਹੁਤ ਸ਼ੁਕਰੀਆ, ਆਪਾਂ ਮਿਲਦੇ ਹਾਂ 2 ਦਿਨਾਂ ਦੇ ਵਿੱਚ ਤੇ ਆਪਾਂ ਇੰਟਰਵਿਊ ਕੰਡਕਟ ਕਰਦੇ ਹਾਂ ਸਾਰੀ। ਓਕੇ ਵੀਰੇ, ਓਕੇ ਓਕੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰੇ, ਸਤਿ ਸ਼੍ਰੀ ਅਕਾਲ।